ਕੁਛ ਨਾ ਕੁਛ ਲੋਕਾਂ ਨੂੰ ਭਰਮ ਭੁਲੇਖਾ ਪਾਈ ਜਾਣਾ, ਇਸ ਕਰਕੇ ਲੋਕ ਹੁਣ ਅਵੇਅਰ ਹੋ ਗਏ ਹਨ। ਬਹੁਤ ਬਥੇਰੀਆਂ ਸੁਣ ਲਈਆਂ ਇਹਦੀਆਂ ਗੱਲਾਂ ਬਾਤਾਂ। ਪ੍ਰੈਕਟੀਕਲੀ ਲੋਕ ਕੰਮ ਚਾਹੁੰਦੇ ਆ, ਕੰਮ ਹੈ ਨਹੀਂ ਆ। ਹਾਲ ਦੀ ਘੜੀ ਵੀ ਜਿਹੜਾ ਵਾ, ਇੰਨੀ ਲੰਬੀ ਪੋਲੀਟਿਕਸ ਤੋਂ ਬਾਅਦ 10 ਸਾਲ MP, ਫਿਰ ਰਾਜ ਸਭਾ, ਫਿਰ ਇਹਨਾਂ ਦੀ ਵਾਈਫ ਜਿਹੜੀ ਆ ਉਹ CPS, ਇੰਨੀ ਲੰਬੀ ਪੋਲੀਟਿਕਸ ਤੋਂ ਬਾਅਦ ਅੱਜ ਵੀ ਕੁਛ ਕੀਤਾ ਨਹੀਂ ਗਿਆ ਸ਼ਹਿਰ 'ਚ। ਮੈਨੂੰ ਦੱਸ ਦਿਓ, ਮੈਂ ਤਾਂ ਤੁਹਾਡੇ ਤੋਂ ਸਵਾਲ ਪੁੱਛਦਾ ਵੀ ਇਹਨੂੰ ਇੱਕ ਪ੍ਰੋਜੈਕਟ ਦਾ ਲੱਭ ਕੇ ਦੱਸੋ ਵੀ ਆ ਇਹਨੇ ਸਿਰੇ ਚੜ੍ਹਾਇਆ, ਅਤੇ ਜੇ 15 ਸਾਲਾਂ ਦੇ ਵਿੱਚ ਕੋਈ 1-2 ਪੈਸਿਆਂ ਦਾ ਕੰਮ ਹੀ ਨਹੀਂ ਕੀਤਾ, ਅਤੇ ਅੱਜ ਦੀ ਡੇਟ 'ਚ ਵੀ ਕੋਈ ਬੰਦਾ ਸੋਚਦਾ ਮੈਂ ਝੂਠ ਮਾਰ ਕੇ, ਫਰੋਡ ਮਾਰ ਕੇ, ਗੱਪਾਂ ਮਾਰ ਕੇ ਲੋਕਾਂ ਨੂੰ ਭਰਮਿਤ ਕਰਨਾ, ਉਹ ਗੱਲ ਨਹੀਂ ਹੁਣ ਬਣਨੀ। ਬਾਕੀ ਇਹ ਹੈ ਵੀ ਡਿਪਾਰਟਮੈਂਟ ਇਹਦੇ ਕੋਲ ਆ, ਜੋ ਮਰਜ਼ੀ ਕਰੇ, CBI ਇਨਕੁਆਇਰੀ ਲਾਵੇ, ਵਿਜੀਲੈਂਸ ਲਾਵੇ, ਜਿਹੜਾ ਮਰਜ਼ੀ ਲਾਵੇ, ਕੁਛ ਕਰਕੇ ਤਾਂ ਵਿਖਾਵੇ। ਗੱਲ ਕਰ ਦੇਣੀ ਮੁੜ ਕੇ, ਹੁਣ ਜਿਹੜੀਆਂ ਗੱਲਾਂ ਸੁਣਾਉਂਦੇ ਪਏ ਆ, ਐਂ ਹੋਣਾ ਚਾਹੀਦਾ, ਡਿਜੀਟਲਾਈਜੇਸ਼ਨ ਹੋਣੀ ਚਾਹੀਦੀ ਆ, ਔਨਲਾਈਨ ਸਿਸਟਮ ਹੋਣਾ ਚਾਹੀਦਾ। ਕਰ ਲਓ ਨਾ, 1.5 ਸਾਲ ਹੋ ਗਿਆ ਤੁਹਾਨੂੰ, ਕਰ ਲਓ ਜੋ ਕਰਨਾ, ਕਰਕੇ ਵਿਖਾਓ। ਗੱਲਾਂ ਤਾਂ ਅਪੋਜੀਸ਼ਨ ਕਰਦੀ ਹੁੰਦੀ ਆ, ਸੱਤਾ ਵਾਲੇ ਜਿਹੜੇ ਉਹ ਕੰਮ ਕਰਦੇ ਹੁੰਦੇ ਆ, ਅਤੇ ਇਹ ਕੰਮ ਦੀ ਬਜਾਏ ਗੱਲਾਂ ਕਰ ਰਿਹਾ। ਅੱਜ ਦੀ ਡੇਟ ਦੇ ਵਿੱਚ ਵੀ ਇਹ ਹੋ ਗਿਆ, ਹੁਣ 1.5 ਸਾਲ ਦੇ ਵਿੱਚ ਪ੍ਰੋਪਰਟੀ ਟੈਕਸ ਤੁਸੀਂ ਕਰਾਉਣਾ ਸੀ ਕਿ ਹੋਰ ਕਿਸੇ ਨੇ ਕਰਾਉਣਾ? ਕਿੰਨਾ ਵੱਧ ਗਿਆ, ਕਿੰਨੀ ਪਾਰਦਰਸ਼ਤਾ ਲੈਂਦੀ ਆ, ਕਿੰਨੀਆਂ ਪਰਚੀਆਂ ਜਾਲੀ ਆ, ਕਿੰਨੀਆਂ ਦੂਜੀਆਂ, ਲੋਕਾਂ ਨੂੰ ਕੀ ਦੱਸਦੇ ਜੇ ਤੁਸੀਂ ਕਾਰਵਾਈ ਕਰੋ ਜਿਹੜੇ ਬੰਦਿਆਂ 'ਤੇ, ਜਿੰਨਾ ਘੁਟਾਲਾ ਪਹਿਲਾਂ ਕੀਤਾ ਹੁਣ ਕੀਤਾ ਜਦੋਂ ਡਿਪਾਰਟਮੈਂਟ ਦੇ ਵਿੱਚ ਕੋਈ ਮਿਨਿਸਟਰ ਆ ਗਿਆ, ਜੋ ਕਰਨਾ ਕਰੋ ਨਾ, ਇਹ ਦੱਸਣ ਦੀ ਕੀ ਲੋੜ ਆ? ਤਾਂ ਫਿਰ ਕਰ ਲੈਣ, 1.5 ਸਾਲ 'ਚ 3 ਖਾਤੇ ਹੀ ਨਹੀਂ ਹੋਏ ਤਾਂ ਫਿਰ ਹੋਰ ਕੀ ਕਰਨਾ ਇਹਨਾਂ ਨੇ? ਜੇ 17 ਖਾਤਿਆਂ ਤੋਂ 3 ਖਾਤੇ ਹੀ ਨਹੀਂ 1.5 ਸਾਲ 'ਚ ਇਹਦੇ ਕੋਲ ਹੋਏ, ਤਾਂ ਫਿਰ ਹੋਰ ਕੀ ਕਰੂਗਾ ਫਿਰ ਬੰਦਾ? ਇਹ ਤਾਂ ਕੋਈ ਪ੍ਰੈਕਟੀਕਲੀ ਕੰਮ ਨਹੀਂ ਆ, ਇਹ ਤਾਂ ਹਦਾਇਤ ਆ। ਇਮਾਨਦਾਰੀ ਦਾ ਮਖੌਟਾ ਵਾ। ਮੈਂ ਤਾਂ ਕਹਿੰਦਾ ਵੀ ਜਿਹੜੀ ਇਹਦੇ ਉੱਤੇ ਐਲੀਗੇਸ਼ਨ ਲਾਇਆ ਕਿਸੇ ਨੇ, 28 ਲੱਖ ਰੁਪਏ ਦਾ, ਜਿਸ ਸ਼ਮਸ਼ਾਨ ਘਾਟ ਦਾ ਟੈਂਡਰ ਸੀ, ਚਲੋ ਉੱਥੇ ਨਹੀਂ ਲੱਗੇ, MLA ਦੀ ਅਗਰ ਹੋਰ ਕਿਤੇ ਰਿਕੁਆਇਰਮੈਂਟ ਸੀ, ਉਹਨੇ ਲੈਟਰ ਦੇ ਦਿੱਤੀ ਵੀ ਇਹਦੀ ਬਜਾਏ ਉੱਥੇ ਲਾ ਦਿਓ, ਕੈਮਰਾ ਤੁਹਾਡਾ ਦੂਜੀ ਜਗ੍ਹਾ ਚਲ ਗਿਆ, ਉੱਥੇ ਵੀ ਨਹੀਂ ਲੱਗੇ। ਪਬਲਿਕ ਇਨਕੁਆਇਰੀ ਦੀ ਮੰਗ ਕੀਤੀ, ਉਹ ਇਨਕੁਆਇਰੀ ਕਿੱਥੇ ਆ? ਇਹਨਾਂ ਕੋਲ MPLAD ਦਾ ਆਪਣੀ ਇਨਕੁਆਇਰੀ ਕਰ ਦਿਓ, 10 ਸਾਲ ਦਾ MPLAD ਕਿੱਥੇ ਖਰਚਿਆ ਗਿਆ, ਕਿੰਨੇ ਖਰਚਿਆ, ਕਿਹਦੇ ਟੈਂਡਰ ਹੋਏ, ਅਤੇ ਉਹਦੇ 'ਚ ਹੀ ਸਾਰਾ ਇੰਝ ਕਰਨਾ ਵਾਰ ਵਾਰ ਮੇਰੇ 'ਤੇ ਉਂਗਲ ਜੂ ਇੱਕ ਬੰਦਾ ਕਰਦਾ, ਇੰਨੇ ਵੋਟਾਂ 'ਤੇ ਹਰਿਆ ਦੂਜਿਆਂ 'ਤੇ, ਮੈਂ ਤਾਂ ਚੈਲੇਂਜ ਕੀਤਾ ਇਹਨੂੰ ਕੋਈ ਇਸ ਤੋਂ, ਮੇਰੇ ਨਾਲ ਨਹੀਂ ਲੜਨੀ, ਹਨੀ ਨਾ ਦੁਬਾਰਾ ਲੜ ਲਏ, ਅੱਜ ਇਹਨੂੰ ਕੋਈ ਰਿਜ਼ਾਈਨ ਕਰ, ਅਤੇ ਸਾਡੇ ਹਨੀ ਪ੍ਰਧਾਨ ਦੇ ਨਾਲ, ਰਜੇਸ਼ ਹਨੀ ਦੇ ਨਾਲ ਦੁਬਾਰਾ ਇਲੈਕਸ਼ਨ ਲੜ ਲਏ, ਪਤਾ ਲੱਗ ਜੂ ਕਿੰਨੇ ਪਾਣੀ 'ਚ ਹੈ। ਇਹ ਪਹਿਲੀ ਵਾਰੀ ਲੋਕਾਂ ਨੇ 1,20,000 ਵੋਟਾਂ 'ਤੇ ਜਿਤਾਇਆ, 1.25 ਲੱਖ 'ਤੇ, ਅਤੇ 2000 ਜਿਹੜਾ ਆਪਣਾ 14 ਦੇ ਵਿੱਚ, 2009 ਦੇ ਵਿੱਚ, ਅਤੇ 2009 ਦੇ ਵਿੱਚ ਜਿਹੜੀ ਆ 6,500 ਵੋਟ ਰਹਿ ਗਈ ਹੈ, ਜਿਹੜੀ ਬਾਕੀ 1,20,000 ਵੋਟ ਕਿੱਥੇ ਘੱਟ ਗਈ, ਕਿਉਂ ਘਟੀ? ਉਹ ਹਾਰ ਤੋਂ ਘੱਟ ਹੁੰਦੀ ਹੈ। ਜੇ ਮੈਂ 14,000 ਤਾਂ ਹਰਗਿਆਂ ਦੇ ਇਹਨੂੰ ਚਾਅ ਆਉਂਦਾ, ਕਦੀ 20,000 ਕਹਿ ਦਿੰਦਾ, ਕਦੀ 16,000 ਘੁਟਾਲਿਆਂ ਦਾ, ਤਾਂ ਇਹ ਹਾਲ ਆ ਵੀ ਪੁੱਛਦਾ ਉਹ ਫਲਾਨਾ ਕਾਰਪੋਰੇਸ਼ਨ ਕਿਹੜਾ ਘੁਟਾਲਾ ਸੀ, ਦੱਸਿਓ ਜਰਾ ਕਿਹੜਾ ਇਹ, ਉਹ ਦੱਸਦਾ ਅਫਸਰ ਪਿੱਛੋਂ ਫਲਾਨਾ, ਜਿਹਨੂੰ ਇਹ ਨਹੀਂ ਪਤਾ ਉਹ ਪੱਪੂ ਵਾਂਗੂ ਰਾਹੁਲ ਗਾਂਧੀ ਵਾਂਗੂ ਪੜ੍ਹਾ ਕੇ ਲਿਆਉਂਦੇ ਆ, ਉਹ ਬੋਲ ਦਿੰਦਾ, ਤੋਤੇ ਵਾਂਗੂ ਪ੍ਰੈਕਟੀਕਲੀ ਕੱਖ ਕੀਤਾ ਹੋਵੇ ਤਾਂ ਪਤਾ ਹੋਵੇ। ਇਸ ਕਰਕੇ ਇਹ ਸਭ ਗੱਪਾਂ ਛੱਪਾਂ ਸੁਣ ਲਈਆਂ ਲੋਕਾਂ ਨੇ, ਐਵੇਂ ਮੈਂ ਤਾਂ, ਮੇਰਾ ਤਾਂ ਮਨ ਨਹੀਂ ਹੁੰਦਾ ਕੋਈ ਮੈਂ ਬਾਈਟ ਵੀ ਇਹਦੇ ਖਿਲਾਫ ਦੇਵਾਂ, ਮੈਨੂੰ ਕੋਈ ਇਹਦਾ ਤੁਸੀਂ ਦੱਸ ਦਿਓ ਕੰਮ ਕੀ ਚੱਲਦਾ ਪਿਆ 1.5 ਸਾਲ ਤੋਂ, ਦੱਸੋ ਕੀ ਚੱਲਦਾ ਪਿਆ, ਪਬਲਿਕ ਨੂੰ ਪੁੱਛ ਲਓ, 100 ਬੰਦੇ ਦੀ ਬਾਈਟ ਲਓ ਵੀ ਕਿੰਨਾ ਕੰਮ ਚੱਲਦਾ ਪਿਆ। ਕੰਮ ਤਾਂ ਜਿਹੜਾ ਪਹਿਲਾਂ ਹੋਇਆ ਸੀ ਇਹਦਾ ਨਾਸ ਹੁੰਦਾ ਪਿਆ। ਇਹ LED ਵਗੈਰਾ ਜਿਹੜੀਆਂ ਦੀਆਂ 5-5, 7-7 ਸਾਲਾਂ ਦੀਆਂ ਗਰੰਟੀਆਂ ਨੇ, ਤਾਂ ਇਹ ਵੀ ਬੁਝੀਆਂ ਹੋਣੀਆਂ ਹੁਣ ਤੱਕ, ਕੀਤਾ ਤਾਂ ਦਵਾਨੀ ਦਾ ਨਹੀਂ, ਪੈਸੇ ਸਾਰੇ ਵਾਪਸ ਲੈ ਗਏ ਆ।
ਇਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਕਰਪਸ਼ਨ। ਅਨਿਲ ਕੌਰ ਸੀ ਬੀ ਆਈ ਦੀ ਇਨਕੁਆਇਰੀ ਮੰਗੋ, ਅਨਿਲ ਜੋਸ਼ੀ ਨੂੰ ਵੀ ਲਿਓ ਵਿੱਚ ਦੇ, ਇਹਨੂੰ ਵੀ ਲਿਆਓ, ਪਤਾ ਲੱਗ ਜੂ ਕੌਣ ਸਾਥ ਅਤੇ ਕੌਣ ਚੋਰ। ਇਸ ਕਰਕੇ ਮੈਂ ਇਹਨਾਂ ਗੱਲਾਂ 'ਚ ਨਹੀਂ ਜਾਂਦਾ। ਮੈਂ ਕਦੀ ਇੰਨੇ ਲੰਬੇ ਸਮੇਂ 'ਚ ਕੰਮ ਕੀਤਾ, ਕਦੀ ਮੈਂ ਕਈ ਬਹੁਤ ਸਾਰਾ ਐਸੇ ਕੰਮ ਸੀ ਜਿੰਦੀ ਮੈਂ ਕਦੀ ਕੈਮਰਾ ਵੀ ਨਹੀਂ ਲੈ ਗਿਆ, ਕੰਮ ਚਲਾਏ। ਕੰਮ ਆਪਣੇ ਖੁਦ ਦਿਸਦਾ, ਕੰਮ ਖੁਦ ਬੋਲਦਾ, ਅੱਜ ਲੋਕਾਂ ਨੂੰ ਦਿਸਦਾ ਨਹੀਂ ਅਨਿਲ ਜੋਸ਼ੀ ਨੇ ਕੀ ਕੀਤਾ ਅਤੇ ਇਹਨਾਂ ਨੇ ਕੀ ਕੀਤਾ। ਨਹੀਂ ਨਹੀਂ ਇਹਨੇ ਹੁਣ ਹੋਣਾ ਅੰਦਰ, ਅਤੇ ਇਹ ਸੰਸਨੀ ਪੈਦਾ ਕਰਨੀ ਚਾਹੁੰਦਾ ਵੀ ਮੈਂ ਜੇ ਅੰਦਰ ਨਾ ਹੁੰਦਾ ਤਾਂ ਮੈਂ ਪਤਾ ਨਹੀਂ ਕਿੰਨੇ ਘੁਟਾਲੇ ਕੱਢ ਲੈਣੇ, ਜੋ ਡੇਢ ਸਾਲ 'ਚ ਕੀਤਾ ਉਹੀ ਗਾਂਹ ਕਰਨਾ ਇਹਨੇ। ਜੇ ਅੰਦਰ ਹੋ ਗਿਆ ਤਾਂ ਇਹ ਕਹੂਗਾ, ਜੇ ਨਹੀਂ ਹੋਇਆ ਤਾਂ ਫਿਰ ਕਹੂਗਾ ਜੀ ਅੱਜ ਹੀ ਆ ਫਲਾਨਾ ਢੀਂਗੜਾ ਹੀ ਸੁਧਾਰ ਕਰ ਰਹੇ ਹਾਂ। ਐਂ ਇੱਦਾਂ ਮੈਂ ਨਾ ਨਹੀਂ ਹੈਗਾ।